ਪੰਜਾਬ ਵਾਸੀਆਂ ਦੇ ਲਈ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜੀ ਹਾਂ, ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ 2025 ਦੀ ਪਹਿਲੀ ਤਿਮਾਹੀ ਤੱਕ ਜਨਤਾ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਹੋਇਆ ਚੱਲ ਰਹੇ ਪ੍ਰੋਜੈਕਟ ਦਾ ਦੌਰਾ ਕਰਨ ਤੋਂ ਬਾਅਦ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ 'ਚ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਸੰਬੰਧੀ ਅਧਿਕਾਰੀਆਂ ਨੂੰ ਇਹ ਮਿਆਰੀ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਵਜੋਂ ਮੁੜ ਵਿਕਸਿਤ ਕਰਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਲੰਧਰ ਕੈਂਟ ਰੇਲਵੇ ਸਟੇਸ਼ਨ ਵਰਤਮਾਨ ਵਿੱਚ ਪ੍ਰਤੀ ਦਿਨ ਲਗਭਗ 7400 ਯਾਤਰੀਆਂ ਨੂੰ ਸੰਭਾਲਦਾ ਹੈ। ਉਸ ਦਿਨ 141 ਟ੍ਰੇਨਾਂ ਇੱਥੋਂ ਲੰਘਦੀਆਂ ਨੇ, ਜਿਸ ਵਿੱਚ 2 ਹਮਸਫ਼ਰ ਅਤੇ 1 ਵੰਦੇ ਭਾਰਤ ਟ੍ਰੇਨ ਸ਼ਾਮਲ ਨੇ। ਵਿੱਤੀ ਸਾਲ 2024-25 ਦੇ ਦੌਰਾਨ ਅਕਤੂਬਰ ਮਹੀਨੇ ਤੱਕ ਪ੍ਰਤੀ ਦਿਨ ਔਸਤ ਯਾਤਰੀ ਆਮਦਨ 16.30 ਲੱਖ ਰੁਪਏ ਹੈ ਅਤੇ ਪਾਰਸਲ ਸੇਵਾ ਤੋਂ ਔਸਤ ਪ੍ਰਤੀ ਦਿਨ 0.51 ਲੱਖ ਰੁਪਏ ਦੀ ਆਮਦਨ ਹੈ। 99 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੇ ਆਉਣ ਅਤੇ ਜਾਣ ਲਈ ਵੱਖ ਵੱਖ ਪ੍ਰਬੰਧ ਹੋਣਗੇ। ਵਿਸ਼ਵ ਪੱਧਰੀ ਯਾਤਰੀ ਸੁਵਿਧਾਵਾਂ ਅਤੇ ਸੱਭਿਆਚਾਰ ਆਧਾਰਿਤ ਕਲਾਕ੍ਰਿਤੀਆਂ ਦੇ ਨਾਲ ਆਈਕੋਨਿਕ ਸਟੇਸ਼ਨ ਬਿਲਡਿੰਗ ਦਾ ਨਿਰਮਾਣ, ਸ਼ਹਿਰ ਦੇ ਦੋਵਾਂ ਪਾਸਿਆਂ ਦਾ ਏਕੀਕਰਨ ਅਤੇ ਗੋਲਡ ਰੇਟਿੰਗ ਵਾਲੀ ਗ੍ਰੀਨ ਇਮਾਰਤ, ਸਟੇਸ਼ਨ ਦੇ ਦੋਵੇਂ ਪਾਸੇ ਕੁਦਰਤੀ ਹਵਾ ਦਾਰੀ ਅਤੇ ਰੋਸ਼ਨੀ ਦੀ ਵੱਧ ਤੋਂ ਵੱਧ ਵਰਤੋਂ, ਸਾਰੀਆਂ ਯਾਤਰੀਆਂ ਸੁਵਿਧਾਵਾਂ, ਭਾਵ ਪ੍ਰਚੂਨ ਕੈਫੇਟੇਰੀਆ, ਮਨੋਰੰਜਨ ਸਹੂਲਤਾਂ ਇੱਕ ਥਾਂ 'ਤੇ ਵੱਡੇ ਇਕੱਠ ਲਈ ਆਲੀਸ਼ਾਨ ਖੁੱਲ੍ਹੇ ਹਾਲ ਦਾ ਨਿਰਮਾਣ, ਯਾਤਰੀਆਂ ਲਈ 10 ਲਿਫਟਾਂ ਅਤੇ 9 ਐਕਸਾਲੇਟਰ ਸੁਵਿਧਾ, ਨਿਰਵਿਘਨ ਟ੍ਰੈਫਿਕ ਪ੍ਰਵਾਹ ਲਈ ਇੱਕ ਪਿੱਕ ਐਂਡ ਡਰੋਪ ਦੀ ਸਹੂਲਤ ਦੇ ਨਾਲ ਕਾਫੀ ਪਾਰਕਿੰਗ, ਯਾਤਰਾ ਨਾਲ ਸੰਬੰਧਿਤ ਹਰ ਕਿਸਮ ਦੇ ਸੰਕੇਤਾਂ ਦੀ ਵਿਵਸਥਾ ਅਤੇ ਜਾਣਕਾਰੀ ਲਈ ਡਿਜੀਟਲ ਡਿਸਪਲੇ ਵਰਗੀਆਂ ਸਹੂਲਤਾਂ ਮੁਹੱਈਆ ਹੋਣਗੀਆਂ।